0% ਵੋਟਿੰਗ ਹੋਈ ਹੈ। ਬਹੁਤ ਵੱਡਾ ਰੁਝਾਨ ਹੈ ਤੇ ਲੋਕ ਮੈਨੂੰ ਸਵੇਰ ਤੋਂ ਵਧਾਈਆਂ ਦੇ ਰਹੇ ਹੈ ਤਾਂ ਇਹ ਵਧਾਈਆਂ ਜਲੰਧਰ ਦੇ ਲੋਕਾਂ ਦੀਆਂ। ਕਿਵੇਂ ਦਸ਼ਾ ਤੇ ਦਿਸ਼ਾ ਕੀ ਲੋਕ ਸਭਾ ਚੋਣਾਂ ਐਤਕੀ 2024 ਦਾ ਤੁਹਾਨੂੰ ਲੱਗਦਾ ਹੈ, ਇੰਨਾ ਲੰਬਾ ਤੁਹਾਡਾ ਤਜਰਬਾ ਹੈ, ਕੀ ਰਹੇਗਾ? ਇੱਕ ਨਵੀਂ ਸੋਚ ਦੇ ਨਾਲ ਕਾਂਗਰਸ ਪਾਰਟੀ ਦੇਸ਼ ਦੇ ਵਿੱਚ ਸਰਕਾਰ ਬਣਾਉਣ ਜਾ ਰਹੀ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਪਾਰਟੀ ਔਰ ਅਲਾਇੰਸ ਹੈ ਜਿਹੜੀ ਇੰਡੀਆ ਅਲਾਇੰਸ ਉਹ ਅੱਗੇ ਆਏਗਾ। ਮੈਂ ਪ੍ਰਗਟ ਸਿੰਘ ਉਹਨਾਂ ਨੂੰ ਮਿਲ ਕੇ ਆਇਆ, ਉਹ ਕਹਿ ਰਹੇ ਨੇ ਕਿ ਚੰਨੀ ਜੀ ਤਾਂ ਲੀਡ ਲੈ ਚੁੱਕੇ ਨੇ। ਇਹ ਲੋਕ ਕਹਿ ਰਹੇ, ਮੈਂ ਨਹੀਂ ਕਹਿ ਰਿਹਾ। ਬਹੁਤ ਧੰਨਵਾਦ ਆ ਰਿਹਾ। ਹਾਂ ਬਿਲਕੁਲ, ਇੱਕ ਸਵਾਲ ਹੋਰ ਚੰਨੀ ਜੀ ਆਉਂਦਾ ਹੈ ਕਿ ਮਸਲੇ ਐਤਕੀ ਬਹੁਤ ਵੱਡੇ ਰਹੇ ਨੇ, ਤੁਸੀਂ ਲਗਾਤਾਰ ਪ੍ਰਚਾਰ ਕੀਤਾ, ਕੀ ਵੱਡੇ ਮਸਲੇ ਤੁਹਾਨੂੰ ਪੰਜਾਬ ਦੇ ਲੱਗਦੇ ਨੇ? ਮਸਲਾ ਜਲੰਧਰ ਦਾ। ਹੋਰ ਜੀ ਠੀਕ ਹੋ? ਬਹੁਤ ਧੰਨਵਾਦ। ਜਲੰਧਰ ਦਾ ਸਭ ਤੋਂ ਬੜਾ ਮਸਲਾ ਇੱਥੇ ਨਸ਼ੇ ਦੀ ਭਰਮਾਰ ਹੈ, ਇੱਥੇ ਲਾਅ ਐਂਡ ਆਰਡਰ ਦੀ ਸਥਿਤੀ ਹੈ, ਇੱਥੇ ਚੈਨੀਆਂ ਖੋ ਹੋ ਜਾਂਦੀਆਂ, ਇੱਥੇ ਚੋਰੀਆਂ ਹੋ ਰਹੀਆਂ, ਲੁੱਟਾਂ ਹੋ ਰਹੀਆਂ। ਕਿਹਦੇ ਨਾਲ ਮੁਕਾਬਲਾ ਦੇਖਦੇ ਹੋ ਆਪਣਾ? ਮੁਕਾਬਲਾ ਕਿਸੇ ਨਾਲ ਨਹੀਂ, ਬਾਕੀ ਦੂਜੀ ਤੀਜੀ ਚੌਥੀ ਪੋਜੀਸ਼ਨ ਵਾਸਤੇ ਲੜ ਰਹੇ। ਅੱਛਾ, ਇੱਕ ਹੋਰ ਸਵਾਲ ਜ਼ਹਿਨ 'ਚ ਆਉਂਦਾ, ਜਦੋਂ ਤੁਸੀਂ ਮਿਲਦੇ ਹੋ ਲੋਕਾਂ ਨਾਲ, ਲਗਾਤਾਰ ਤੁਸੀਂ ਵਿਚਰ ਰਹੇ ਹੋ ਔਰ ਲਗਾਤਾਰ ਇੱਥੇ ਲੋਕਾਂ ਨਾਲ ਵੀ ਮਿਲਦੇ ਨੇ, ਕਿੰਨੀ ਕੁ ਸੀਟਾਂ ਤੁਸੀਂ ਦੇਖਦੇ ਹੋ ਪੰਜਾਬ 'ਚ? ਪੰਜਾਬ 'ਚ ਹੁੰਜਾ ਫਿਰ ਜਿੱਤ ਕਰਾਂਗੇ। ਅੱਛਾ, ਉਹ ਕਹਿੰਦੇ ਆਮ ਆਦਮੀ ਪਾਰਟੀ ਨੂੰ ਬੀ ਟੀਮ ਦੱਸਦੇ ਆ ਪ੍ਰਗਟ ਜੀ, ਉਹ ਹੈ ਹੀ ਹੈ ਵੀ ਉਹ ਇੱਕੋ ਥਾਲੀ ਦੇ ਚਿੱਟੇ ਵੱਟੇ ਆ ਦੋਨੋਂ ਜਣੇ, ਆਮ ਆਦਮੀ ਪਾਰਟੀ ਦੇ ਬੀਜੇਪੀ। ਥੈਂਕ ਯੂ ਜੀ। ਤਾਂ ਚਰਨਜੀਤ ਸਿੰਘ ਚੰਨੀ ਲੋਕਾਂ ਨਾਲ ਮਿਲ ਰਹੇ ਨੇ, ਲੋਕ ਸਭਾ ਹਲਕੇ ਜਲੰਧਰ ਵਿੱਚ ਪਹੁੰਚੇ ਨੇ ਜਿੱਥੇ ਮਤਦਾਨ ਹੋ ਰਿਹਾ, ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਲੋਕਾਂ ਨੂੰ ਇੱਥੇ ਮਿਲਦੇ ਨੇ, ਦਾਅਵਾ ਕੀਤਾ ਆਪਣੀ ਜਿੱਤ ਦਾ ਜਿੱਦਾਂ ਸਾਰੇ ਕੈਂਡੀਡੇਟ ਕਰਦੇ ਨੇ। ਹੁਣ ਇਹ ਦੱਸਣਾ ਹੋਏਗਾ, ਦੇਖਣਾ ਹੋਏਗਾ ਜਿਹੜਾ ਰਿਜ਼ਲਟ ਹੈ, ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਹਿਬ ਕਿ ਮਤਦਾਨ ਜਿੱਥੇ ਹੋ ਰਿਹਾ ਪੋਲਿੰਗ ਬੂਥ ਉੱਥੇ ਪਹੁੰਚੇ ਨੇ ਚਰਨਜੀਤ ਸਿੰਘ ਚੰਨੀ, ਲੋਕਾਂ ਨਾਲ ਮਿਲ ਰਹੇ ਨੇ ਔਰ ਜਿੱਤ ਦਾ ਦਾਅਵਾ ਵੀ ਕਰਦੇ ਨੇ। ਹਰ ਕੈਂਡੀਡੇਟ ਆਪਣੀ ਜਿੱਤ ਦਾ ਦਾਅਵਾ ਕਰਦਾ ਹੈ ਕਿ ਮੁਕਾਬਲਾ ਉਹਨਾਂ ਨਾਲ ਕਿਸੇ ਨਾਲ ਦਾਅਵਾ ਕੀਤਾ ਹੈ, ਆਮ ਆਦਮੀ ਪਾਰਟੀ ਦੇ ਵੀ ਨਿਸ਼ਾਨਾ ਸੱਧਿਆ ਹੈ। ਲੇਕਿਨ ਇਹ 4 ਜੂਨ ਨੂੰ ਹੀ ਪਤਾ ਲੱਗੇਗਾ ਕਿ ਚੈਂਪੀਅਨ ਕੌਣ ਬਣੇਗਾ, ਕਿਵੇਂ ਦਾ ਮਾਹੌਲ ਰਹੇਗਾ। ਚੰਨੀ ਜੀ, ਲਾਸਟ ਸਵਾਲ ਹੈ ਕਿ ਲੋਕੀ ਗਰਮੀ ਹੈ, ਮਤਦਾਨ ਵੱਧ ਤੋਂ ਵੱਧ ਕਰਨ, ਅਪੀਲ ਕਰਦਾ ਨਹੀਂ? ਲੋਕ ਪਿਆਰ ਕਰਦੇ ਮੈਨੂੰ, ਆਪਣੀ ਗਰਮੀ ਦੀ ਬਿਨਾਂ ਪਰਵਾਹ ਕਰੇ ਵੋਟ ਪਾਉਣ ਆਏ। ਤਾਂ ਇਹ ਸੀਗੇ ਚਰਨਜੀਤ ਸਿੰਘ ਚੰਨੀ, ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਨਿਊਜ਼ 18 ਦੇ ਕੈਮਰੇ 'ਚ ਕਿ ਲਗਾਤਾਰ ਅਪੀਲ ਵੀ ਕਰ ਰਹੇ ਨੇ ਕਿ ਮਤਦਾਨ ਕਰਨ ਵੱਧ ਤੋਂ ਵੱਧ, ਔਰ ਇੱਕ ਪੋਲਿੰਗ ਬੂਥ 'ਤੇ ਉੱਥੇ ਪਹੁੰਚੇ ਨੇ, ਪੋਲਿੰਗ ਬੂਥ ਦੇ ਉੱਤੇ ਜਾਇਜ਼ਾ ਲੈਣ ਪਹੁੰਚੇ ਨੇ, ਹਾਲਾਂਕਿ ਸਿਕਿਉਰਿਟੀ ਵੀ ਉੱਥੇ ਖੜੀ ਹੈ ਔਰ ਜਿਹੜੇ ਕੈਂਡੀਡੇਟ ਨੇ ਕਿਉਂਕਿ ਅੰਦਰ ਜਾ ਸਕਦੇ ਨੇ, ਲੇਕਿਨ ਉਹਨਾਂ ਦੇ ਨਾਲ ਨੇ ਜਿਹੜੇ ਹੋਰ ਸਮਰਥਕ ਨੇ ਉਹ ਪਿੱਛੇ ਨੇ, ਔਰ ਕੈਂਡੀਡੇਟ ਨੂੰ ਅੰਦਰ ਜਾਣ ਦਿੱਤਾ ਜਾਂਦਾ ਕਿਉਂਕਿ ਇੱਕ ਪ੍ਰੋਸੀਜਰ ਹੁੰਦਾ ਔਰ ਪੈਰਾਮਿਲਟਰੀ ਫੋਰਸਿਸ ਇੱਥੇ ਮੌਜੂਦ, ਤੁਸੀਂ ਦੇਖ ਸਕਦੇ ਹੋ। ਤਾਂ ਲਾਈਵ ਤਸਵੀਰਾਂ ਨੇ ਚਰਨਜੀਤ ਸਿੰਘ ਚੰਨੀ ਦਾਨਿਸ਼ਮੰਦ ਜਿਹੜਾ ਇਹ ਹਲਕਾ ਉੱਥੇ ਪਹੁੰਚੇ ਨੇ, ਪੋਲਿੰਗ ਬੂਥ ਦਾ ਜਾਇਜ਼ਾ ਲੈਣ ਪਹੁੰਚੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ, ਪੈਰਾਮਿਲਟਰੀ ਫੋਰਸਿਸ ਇੱਥੇ ਮੌਜੂਦ ਨੇ, ਪੈਰਾਮਿਲਟਰੀ ਫੋਰਸਿਸ ਦੇ ਨਾਲ ਇੱਥੇ ਮੌਜੂਦ ਨੇ ਅਤੇ ਗੱਲਾਂ ਜਨਤਾ ਨਾਲ ਵੀ ਉਹਨਾਂ ਨੇ ਆਪਣਾ ਰਾਬਤਾ ਜਿਹੜਾ ਹੈ ਅਖਬਾਰ ਪੜ੍ਹਦੇ ਨਜ਼ਰ ਆਏ ਬੈਠ ਕੇ ਔਰ ਗੱਲਬਾਤ ਕਰਦੇ ਰਹੇ ਲੋਕਾਂ ਨਾਲ ਨਜ਼ਰ ਆਏ। ਵੱਧ ਤੋਂ ਵੱਧ ਮਤਦਾਨ ਹੋਏ ਇਸ ਚੀਜ਼ ਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਔਰ ਆਪਣੀ ਜਿੱਤ ਦਾ ਦਾਅਵਾ ਜਿੱਦਾਂ ਹਰ ਕੈਂਡੀਡੇਟ ਕਰਦਾ ਉਹ ਆਪਣੀ ਜਿੱਤ ਦਾ ਦਾਅਵਾ ਨਜ਼ਰ ਕਰਿਆ, ਲੇਕਿਨ ਪਤਾ ਚੱਲੇਗਾ 4 ਜੂਨ ਨੂੰ ਕਿਹੜੇ ਦਾਅਵੇ 'ਚ ਕਿੰਨਾ ਦਮ ਹੈ। ਵੀਡੀਓ ਜਲਦੀ ਸਨੀ ਸਿੱਧੂ ਦੇ ਨਾਲ ਉਮੇਸ਼ ਸ਼ਰਮਾ ਨਿਊਜ਼ 18 ਜਲੰਧਰ। ਤਾਂ ਜਲੰਧਰ ਤੋਂ ਤਸਵੀਰਾਂ ਦਿਖਾ ਰਹੇ ਸੀ ਅਸੀਂ ਚਰਨਜੀਤ ਸਿੰਘ ਚੰਨੀ, ਚੋਣ ਮੈਦਾਨ ਦੇ ਵਿੱਚ ਨੇ। ਜਲੰਧਰ ਦੀ ਫਾਈਟ ਬੜੀ ਇੰਟਰਸਟਿੰਗ ਹੈ ਔਰ ਇਸ ਵੇਲੇ ਹਰ ਕਿਸੇ ਦੀ ਜਾਣਨ ਦੀ ਉਤਸੁਕਤਾ ਹੁੰਦੀ ਹੈ ਕਿ ਉਹਨਾਂ ਦੇ ਹਲਕੇ ਦੇ ਵਿੱਚ ਉਹਨਾਂ ਦੇ ਉਮੀਦਵਾਰ ਕੀ ਕਰ ਰਹੇ ਨੇ।
ਖਾਸ ਕਰਕੇ ਵੋਟਾਂ ਵਾਲੇ ਦਿਨ, ਕਿਉਂਕਿ ਜ਼ਿਆਦਾ ਜਗ੍ਹਾ ਤਾਂ ਉਮੀਦਵਾਰ ਨਹੀਂ ਜਾ ਸਕਦੇ, ਪਰ ਇੱਕ ਚੱਕਰ ਹੁੰਦਾ ਹਲਕੇ ਦਾ, ਜਿੱਥੇ ਵੀ ਕਿਤੇ ਉਹ ਜਾਂਦੇ ਨੇ ਥੋੜ੍ਹਾ ਬਹੁਤ ਲੋਕਾਂ ਨੂੰ ਮਿਲਦੇ ਨੇ ਔਰ ਕੋਸ਼ਿਸ਼ ਕਰਦੇ ਨੇ, ਅਪੀਲ ਕਰਦੇ ਨੇ ਵੱਧ ਤੋਂ ਵੱਧ ਲੋਕਾਂ ਨੂੰ ਘਰੋਂ ਬਾਹਰ ਕੱਢ ਸਕਣ, ਵੋਟ ਪਾਉਣ ਦੇ ਲਈ ਪ੍ਰੇਰਿਤ ਕਰ ਸਕਣ, ਕਿਉਂਕਿ ਜੇ ਤੁਸੀਂ ਖੁਦ ਅੱਗੇ ਲੱਗੋਗੇ ਤਾਂ ਹੀ ਲੋਕ ਤੁਹਾਡੇ ਨਾਲ ਰਲ ਕੇ ਚੱਲਣਗੇ ਔਰ ਵੋਟ ਪਾਉਣ ਦੇ ਲਈ ਬਾਹਰ ਨਿਕਲਣਗੇ। ਬਠਿੰਡਾ ਦਾ ਰੁੱਖ ਕਰ ਲੈਂਦੇ ਹਾਂ ਅਸੀਂ, ਦੇ ਵਿੱਚ ਸਾਡੇ ਸਹਿਯੋਗੀ ਨਜ਼ਰ ਆ ਰਹੇ ਨੇ ਸੂਰਜਪਾਨ। ਸੂਰਜ, ਤਸਵੀਰਾਂ ਦੇਖਣੀਆਂ ਚਾਹਾਂਗੇ ਪਿੰਡ ਬਾਦਲ ਦੇ ਵਿੱਚ। ਕੋਈ ਵੀ ਇਲੈਕਸ਼ਨ ਹੁੰਦਾ, ਕਿਉਂਕਿ ਜ਼ਿਆਦਾ ਵੱਡੇ ਚਿਹਰੇ ਜਿਹੜੇ ਨੇ, ਕਈ ਪਰਿਵਾਰ ਨੇ ਬਾਦਲ ਖਾਨਦਾਨ ਦੇ ਜੋ ਪੋਲਿੰਗ ਬੂਥ ਤੱਕ ਆਉਂਦੇ ਨੇ, ਸੋ ਕੀ ਤਾਜ਼ਾ ਤਸਵੀਰਾਂ ਨੇ, ਕਿਹਨੇ ਕਿਹਨੇ ਵੋਟ ਭੁਗਤਾਈ ਆ ਹੁਣ ਤੱਕ? ਬਿਲਕੁਲ ਵਿਜੇ, ਕੋਈ ਦੌਰਾ ਨਹੀਂ, ਅਸੀਂ 125 ਨੰਬਰ ਬੂਥ ਦੇ ਬਾਹਰ ਖੜੇ ਹਾਂ। ਤੁਹਾਨੂੰ ਇੱਕ ਵਾਰ ਤਸਵੀਰਾਂ ਪਿਛਲੇ ਸਾਈਡ ਤੋਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰਕਾਰ ਮਾਹੌਲ ਕੀ ਹੈ ਇਸ ਬੂਥ ਦੇ ਬਾਹਰ। ਤੁਸੀਂ ਵੇਖੋ ਕਿ ਕਾਫੀ ਵੱਡੀ ਗਿਣਤੀ ਵਿੱਚ ਮੀਡੀਆ ਕਰਮਚਾਰੀਆਂ ਦਾ ਜਮਾਵੜਾ ਲੱਗਿਆ ਹੋਇਆ, ਔਰ ਸੁਖਬੀਰ ਸਿੰਘ ਬਾਦਲ, ਹਰਸਿਮਰਤ ਬਾਦਲ, ਪੂਰਾ ਬਾਦਲ ਪਰਿਵਾਰ ਹੈ ਜਿਹੜਾ, ਉਹ ਹੁਣ ਤੋਂ ਕੁਛ ਮਿੰਟਾਂ ਦੇ ਬਾਅਦ ਇਸ ਜਗ੍ਹਾ 'ਤੇ ਆ ਕੇ ਵੋਟ ਹੱਕ ਦਾ ਇਸਤੇਮਾਲ ਕਰੇਗਾ, ਕਿਉਂਕਿ ਹਰ ਕਿਸੇ ਨੂੰ ਇੰਤਜ਼ਾਰ ਹੈ ਬਾਦਲ ਫੈਮਿਲੀ ਦਾ ਕਿ ਕਦੋਂ ਬਾਦਲ ਫੈਮਿਲੀ ਵੋਟ ਪਾਉਂਦੀ ਹੈ, ਕਿਉਂਕਿ ਸਾਰੇ ਮੀਡੀਆ ਦੀ ਨਜ਼ਰਾਂ ਨੇ ਖਾਸ ਤੌਰ 'ਤੇ ਬਾਦਲ ਫੈਮਿਲੀ 'ਤੇ ਟਿੱਕੀਆਂ ਹੁੰਦੀਆਂ ਨੇ। ਔਰ ਦੂਸਰੇ ਪਾਸੇ ਮਨਪ੍ਰੀਤ ਸਿੰਘ ਬਾਦਲ, ਮਨਪ੍ਰੀਤ ਸਿੰਘ ਬਾਦਲ ਨੇ ਵੀ ਅਜੇ ਇੱਥੇ ਪਹੁੰਚਣਾ ਹੈਗਾ, ਉਹਨਾਂ ਦੇ ਵੀ ਇੰਤਜ਼ਾਰ ਕੀਤਾ ਜਾ ਰਿਹਾ ਕਿ ਕਿੰਨੀ ਜਲਦੀ ਆ ਕੇ ਉਹ ਵੋਟ ਪਾਉਂਦੇ ਨੇ, ਔਰ ਇੰਤਜ਼ਾਰ ਹੈ ਜਿਹੜਾ ਬਾਦਲ ਫੈਮਿਲੀ ਦਾ ਹੋ ਰਿਹਾ। ਪਰ ਦੂਸਰੇ ਪਾਸੇ ਜੇ ਵੋਟ ਪ੍ਰਸੈਂਟੇਜ ਦੀ ਗੱਲ ਕੀਤੀ ਜਾਵੇ ਤਾਂ ਇਸ 125 ਨੰਬਰ ਬੂਥ ਦੇ ਉੱਪਰ 950 ਦੇ ਕਰੀਬ ਵੋਟ ਹੈਗੀ ਹੈ, ਪਰ ਹੁਣ ਤੱਕ 150 ਦੇ ਕਰੀਬ ਵੋਟ ਹੈ ਜਿਹੜੀ ਹੈ, 200 ਦੇ ਕਰੀਬ ਵੋਟ ਹੈ ਜਿਹੜੀ ਹੁਣ ਤੱਕ ਪੋਲ ਹੋਈ ਹੈ, ਤਾਂ ਕਰਕੇ ਵੋਟ ਪ੍ਰਸੈਂਟੇਜ ਹੈ ਥੋੜ੍ਹੀ ਜਿਹੀ ਧੀਮੀ ਜ਼ਰੂਰ ਨਜ਼ਰ ਆ ਰਹੀ ਹੈ। ਗਰਮੀ ਦਾ ਵੀ ਕਿਤੇ ਨਾ ਕਿਤੇ ਫੈਕਟਰ ਨਜ਼ਰ ਆ ਰਿਹਾ, ਤਾਂ ਕਰਕੇ ਲੋਕ ਨੇ ਘਰੋਂ ਬਾਹਰ ਨਿਕਲ ਰਹੇ ਨੇ। ਗਰਮੀ ਦੇ ਟਾਈਮ ਦੇ ਵਿੱਚ ਸੁਬਹਾ ਸੁਬਹਾ ਜ਼ਰੂਰ ਪੋਲਿੰਗ ਸਟੇਸ਼ਨਾਂ ਦੇ ਉੱਪਰ ਲੋਕ ਖੜ੍ਹੇ ਹੋਏ ਨਜ਼ਰ ਆ ਰਹੇ ਨੇ, ਪਰ ਜਿਉਂ ਜਿਉਂ ਦੁਪਹਿਰ ਹੋਏਗਾ ਟੈਂਪਰੇਚਰ ਵਧੇਗਾ, ਗਰਮੀ ਦੇ ਪਾਰਾ ਵਧਣਾ, ਅਤੇ ਪਾਰਾ ਵਧਣ ਦਾ ਅਸਰ ਹੈ ਜਿਹੜਾ ਕਿਤੇ ਨਾ ਕਿਤੇ ਵੋਲਟੇਜ ਪ੍ਰਸੈਂਟ 'ਤੇ ਪੈਂਦਾ ਹੋਇਆ ਨਜ਼ਰ ਆ ਰਿਹਾ। ਜੇ ਓਵਰਆਲ ਪੰਜਾਬ ਦੀ ਗੱਲ ਕੀਤੀ ਤਾਂ ਪੰਜਾਬ ਦੇ ਵਿੱਚ ਵੀ ਕਈ ਜਗ੍ਹਾਵਾਂ ਇਸ ਤਰ੍ਹਾਂ ਦੀਆਂ ਨੇ, ਭੁੱਚੋ ਦੀ ਗੱਲ ਕੀਤੀ ਜਾਵੇ ਤਾਂ ਭੁੱਚੋ ਦੇ ਵਿੱਚ ਇਸ ਤੋਂ ਪਹਿਲਾਂ ਜਿਹੜੇ ਰਾਊਂਡ ਦੀ ਵੋਟਿੰਗ ਸੀਗੀ ਉਹ ਕਾਫੀ ਘੱਟ ਸੀਗੀ, 4-5% ਵੋਟਿੰਗ ਕਹਿ ਰਹੇ ਸੀਗੇ, ਪਰ ਹੁਣ ਜਿਉਂ ਜਿਉਂ ਟਾਈਮ ਨਿਕਲ ਰਿਹਾ ਵੋਟ ਪ੍ਰਸੈਂਟ ਵੱਧ ਰਿਹਾ। ਓਵਰਆਲ ਪੰਜਾਬ ਦੇ ਵਿੱਚ ਵੋਟ ਪ੍ਰਸੈਂਟ ਪਹਿਲਾਂ ਦੇ ਮੁਕਾਬਲੇ ਠੀਕ ਹੈ, ਪਰ ਜੇ ਗੱਲ ਕੀਤੀ ਜਾਵੇ ਬਠਿੰਡਾ ਦੇ ਵਿੱਚ ਵੀ ਕੁਛ ਟਾਈਮ ਪਹਿਲਾਂ ਦਾ ਜਿਹੜਾ ਅੰਕੜਾ ਸਾਡੇ ਕੋਲ ਆਇਆ ਸੀ, 11-12% ਵੋਟ ਪ੍ਰਸੈਂਟੇਜ ਹੈ ਜਿਹੜੀ ਉਹ ਵੋਟ ਪੋਲ ਹੋ ਚੁੱਕੀ ਸੀ। ਤੁਸੀਂ ਸਾਹਮਣੇ ਤਸਵੀਰਾਂ ਦੇਖੋ ਕਿ ਮੀਡੀਆ ਕਰਮਚਾਰੀ ਨੇ ਉਹ ਇੱਥੇ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਬਾਦਲ ਫੈਮਿਲੀ ਆਉਂਦੀ ਹੈ, ਔਰ ਉਸ ਤੋਂ ਬਾਅਦ ਵੋਟ ਹੱਕ ਦਾ ਇਸਤੇਮਾਲ ਕੀਤਾ ਗਿਆ। ਐਡਵਾਂਸ ਸਿਕਿਉਰਿਟੀ ਹੈ ਜਿਹੜੀ ਉਹ ਇੱਥੇ ਸਿਕਿਉਰਿਟੀ ਦੇ ਕਰਮਚਾਰੀ ਨੇ ਜਿਹੜੇ ਪਹੁੰਚ ਚੁੱਕੇ ਨੇ, ਆ ਕੇ ਸੁਰੱਖਿਆ ਦਾ ਜਾਇਜ਼ਾ ਉਹਨਾਂ ਨੇ ਲਿਆ, ਔਰ ਇਹੀ ਉਮੀਦ ਤਾਈ ਜਾ ਰਹੀ ਹੈ ਕਿ 2-4 ਮਿੰਟਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਇੱਥੇ ਪਹੁੰਚ ਰਹੇ ਨੇ, ਬਾਦਲ ਫੈਮਿਲੀ ਇੱਥੇ ਪਹੁੰਚ ਰਹੀ ਆ ਕੇ ਵੋਟ ਹੱਕ ਦਾ ਇਸਤੇਮਾਲ ਕਰਨਗੇ। ਔਰ ਓਵਰਆਲ ਗੱਲ ਕੀਤੀ ਜਾਵੇ ਤਾਂ ਵੋਟ ਪ੍ਰਸੈਂਟੇਜ ਹੈ ਪਹਿਲਾਂ ਦੇ ਮੁਕਾਬਲੇ ਥੋੜ੍ਹੀ ਜਿਹੀ ਠੰਡੀ ਜ਼ਰੂਰ ਨਜ਼ਰ ਆ ਰਹੀ ਹੈ, ਬੇਸ਼ੱਕ ਮੌਸਮ ਗਰਮ ਹੈ, ਕਿਤੇ ਨਾ ਕਿਤੇ ਜਾ ਕੇ ਗਰਮ ਮੌਸਮ ਦਾ ਪ੍ਰਭਾਵ ਹੈ ਜਿਹੜਾ ਜੀ ਜੀ ਜ਼ਰੂਰ ਇਹਨਾਂ ਵੋਟਰਾਂ ਤੇ ਪੈਂਦਾ ਹੋਇਆ ਨਜ਼ਰ ਆ ਰਿਹਾ ਹੈਗਾ। ਸੂਰਜ, ਇੱਕ ਚੀਜ਼ ਦਾ ਮੈਂ ਜ਼ਿਕਰ ਜ਼ਰੂਰ ਕਰਨਾ ਚਾਹੂੰਗਾ, ਸਾਹਮਣੇ ਤਸਵੀਰਾਂ ਵੇਖੋ, ਕਾਫਲਾ ਹੈਗਾ ਜਿਹੜਾ ਜੀ ਪਹੁੰਚ ਚੁੱਕਿਆ ਹੈਗਾ, ਤੁਸੀਂ ਵੇਖੋ ਪਾਇਲਟ ਗੱਡੀਆਂ ਨਜ਼ਰ ਆ ਰਹੀਆਂ ਨੇ ਤੁਹਾਨੂੰ, ਬਾਦਲ ਫੈਮਿਲੀ ਹੈ ਪਹੁੰਚ ਚੁੱਕੀ ਹੈ ਵੋਟ ਪਾਉਣ ਦੇ ਲਈ, ਮੂਹਰੇ ਪਾਇਲਟ ਗੱਡੀਆਂ ਨੇ, ਸੁਰੱਖਿਆ ਦੇ ਕਾਫੀ ਤਕੜੇ ਇੰਤਜ਼ਾਮ ਕੀਤੇ ਹੋਏ ਨੇ। ਤੁਸੀਂ ਵੇਖੋ ਤਸਵੀਰਾਂ ਦੇ ਵਿੱਚ ਕਿ ਬਾਦਲ ਪਰਿਵਾਰ ਹੈ, ਸੁਖਬੀਰ ਸਿੰਘ ਬਾਦਲ ਨੇ ਉਹ ਪਹੁੰਚ ਚੁੱਕੇ ਨੇ, ਹਰਸਿਮਰਤ ਬਾਦਲ ਪਹੁੰਚ ਚੁੱਕੇ ਨੇ, ਗੱਡੀਆਂ ਦਾ ਲੰਬਾ ਕਾਫੜਾ, ਲੰਮਾ ਜਮਾਵੜਾ ਹੈ ਜਿਹੜਾ, ਤੁਹਾਨੂੰ ਤਸਵੀਰਾਂ ਦੇਖੋ, ਅਨੰਤਵੀਰ ਸਿੰਘ ਬਾਦਲ ਨੇ ਜਿਹੜੇ, ਅਨੰਤਵੀਰ ਸਿੰਘ ਬਾਦਲ ਗੱਡੀ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ, ਨਾਲ ਸੁਖਬੀਰ ਸਿੰਘ ਬਾਦਲ ਬੈਠੇ ਹੋਏ ਨੇ, ਪਰ ਸੁਖਬੀਰ ਸਿੰਘ ਬਾਦਲ ਦੇ ਬੇਟੇ ਅਨੰਤਵੀਰ ਸਿੰਘ ਬਾਦਲ ਨੇ ਖੁਦ ਗੱਡੀ ਚਲਾ ਕੇ ਨਜ਼ਰ ਆ ਰਹੇ ਨੇ, ਪਿੱਛੇ ਹਰਸਿਮਰਤ ਕੌਰ ਬਾਦਲ ਦੀਆਂ ਬੇਟੀਆਂ ਨੇ, ਹਰਸਿਮਰਤ ਕੌਰ ਬਾਦਲ ਬੈਠੇ ਨੇ, ਸੁਖਬੀਰ ਸਿੰਘ ਬਾਦਲ ਫਰੰਟ ਸੀਟ ਦੇ ਉੱਪਰ ਨਜ਼ਰ ਆ ਰਹੇ ਨੇ, ਅਨੰਤਵੀਰ ਸਿੰਘ ਬਾਦਲ, ਅਨੰਤਵੀਰ ਸਿੰਘ ਬਾਦਲ ਨਜ਼ਰ ਆ ਰਹੇ ਨੇ ਤਸਵੀਰਾਂ ਦੇ ਵਿੱਚ, ਖੁਦ ਗੱਡੀ ਚਲਾ ਕੇ ਇੱਥੇ ਪਹੁੰਚੇ ਨੇ, ਬਾਦਲ ਫੈਮਿਲੀ ਵੋਟ ਕਾਸਟ ਕਰਨ 'ਤੇ ਪਹੁੰਚੀ, ਅਨੰਤਵੀਰ ਸਿੰਘ ਬਾਦਲ ਦੇਖੋ ਤਸਵੀਰਾਂ ਦੇ ਵਿੱਚ
ਖੁਦ ਗੱਡੀ ਚਲਾ ਕੇ ਪਹੁੰਚੇ ਨੇ। ਬਾਦਲ ਫੈਮਿਲੀ ਹੈ ਜਿਹੜੀ, ਉਹ ਇੱਥੇ ਪਹੁੰਚੀ ਹੈ ਵੋਟ ਹੱਕ ਦਾ ਇਸਤੇਮਾਲ ਕਰਨ ਲਈ। ਤਸਵੀਰਾਂ ਦੇਖੋ, ਤਸਵੀਰਾਂ ਦੇ ਵਿੱਚ ਖੁਦ ਸੁਖਬੀਰ ਸਿੰਘ ਬਾਦਲ ਨੇ, ਉਹ ਇੱਥੇ ਪਹੁੰਚੇ ਨੇ। ਗੱਲਬਾਤ ਵੀ ਮੀਡੀਆ ਦੇ ਨਾਲ ਕਰ ਰਹੇ ਨੇ, ਆਪਾਂ ਕੋਸ਼ਿਸ਼ ਕਰਦੇ ਹਾਂ ਗੱਲਬਾਤ ਕਰਨ ਦੀ ਕਿ ਸੁਖਬੀਰ ਸਿੰਘ ਬਾਦਲ